ਚੂਚਾ, ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਉਣਾ ਚਾਹੂੰਗਾ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਉਹੀ ਉਹ ਗੋਦਾਮ ਹੈ ਜਿਸ ਗੋਦਾਮ ਦੇ ਵਿੱਚ ਮਿਊਂਸੀਪਲ ਕਾਰਪੋਰੇਸ਼ਨ ਵੱਲੋਂ ਜਿਹੜੀਆਂ ਇਲੀਗਲ ਤੌਰ ਦੇ ਉੱਤੇ ਜਿਹੜੀਆਂ ਰੇਹੜੀਆਂ ਫੜੀਆਂ ਜਿਹੜੀਆਂ ਫੜੀਆਂ ਜਾਂਦੀਆਂ ਨੇ ਉਹਨਾਂ ਨੂੰ ਇੱਥੇ ਰੱਖਿਆ ਜਾਂਦਾ ਵਾ। ਪਰ ਉਸ ਗੋਦਾਮ ਦੇ ਵਿੱਚ ਹੁਣ ਇੱਕ ਵੱਡੀ ਭਿਆਨਕ ਅੱਗ ਲੱਗ ਚੁੱਕੀ ਹੈ, ਤੁਸੀਂ ਦੇਖ ਸਕਦੇ ਹੋ ਲੱਖਾਂ ਦਾ ਜਿਹੜਾ ਨੁਕਸਾਨ ਹੈ ਉਹ ਹੋਇਆ ਵਾ। ਔਰ ਇਸ ਚੀਜ਼ ਨੂੰ ਜੇ ਅੱਗ ਦੇ ਉੱਤੇ ਕਾਬੂ ਪਾਉਣ ਵਾਸਤੇ ਜਿਹੜੇ ਨੇ ਦਮਕਲ ਵਿਭਾਗ ਦੇ ਜਿਹੜੇ ਕਰਮਚਾਰੀ ਹੈਗੇ ਨੇ ਉਹ ਇੱਥੇ ਪਹੁੰਚ ਚੁੱਕੇ ਨੇ, ਅੱਗ ਦੇ ਬੁਝਾਉਣ ਦੀ ਜਿਹੜੀ ਕਵਾਇਤਾਂ ਉਹ ਸ਼ੁਰੂ ਹੋ ਚੁੱਕੀਆਂ। ਇੱਥੇ ਆਸ ਪਾਸ ਦੇ ਜਿਹੜੇ ਲੋਕ ਹੈ ਉਹਨਾਂ ਨਾਲ ਅਸੀਂ ਗੱਲ ਕਰ ਲੈਂਦੇ। ਸਰ ਕਿਆ ਹੋਇਆ, ਕੈਸੇ ਹੋਇਆ, ਥੋੜ੍ਹਾ ਬਤਾਏਂਗੇ? ਸਰ ਅਚਾਨਕ ਹੀ ਆਗ ਲੱਗ ਗਈ, ਤੇ ਪਤਾ ਨਹੀਂ ਚੱਲਾ ਟ੍ਰਾਂਸਫਾਰਮਰ ਵਿੱਚ ਮੈਂ ਕਿ ਉਹ ਆਗ ਬਹੁਤ ਜ਼ਿਆਦਾ ਲੱਗੀ ਹੋਈ ਹੈ, ਵੀ 7-5-6 ਗਾੜੀ ਆਈ ਹੋਈ ਯਹਾਂ ਪੇ ਬੁਝਾਣੇ ਕੇ ਲਈ, ਅਭੀ ਤੱਕ ਆਗ ਪੇ ਕਾਬੂ ਨਹੀਂ ਪਾਇਆ ਗਿਆ। ਇਹ ਕਿਸ ਚੀਜ਼ ਕਾ ਗੋਦਾਮ ਹੈ? ਇਹ ਸਰ ਕਮੇਟੀ ਪਾਰਕ ਹੈ। ਅੱਛਾ, ਕਮੇਟੀ ਪਾਰਕ ਹੈ, ਯਹਾਂ ਪੇ ਬਾਹਰ ਸੇ ਗੱਡੀਆਂ ਲੈ ਆਤੇ ਕਮੇਟੀ ਵਾਲੇ, ਇੱਥੇ ਜਮਾ ਕਰਤੇ ਹੈ। ਹਾਂਜੀ ਹਾਂਜੀ ਜੀ। ਅੱਛਾ, ਕੋਈ ਧਮਾਕੇ ਵੀ ਹੋਏ ਯਹਾਂ ਪਰ ਕਿਹਾ ਜਾ ਰਿਹਾ? ਕੋਈ ਧਮਾਕੇ ਹੋਏ ਸਰ, ਜਿਸ ਮੇਂ ਸਿਲੰਡਰ ਅੰਦਰ ਥੇ, ਇਸਕੇ ਅੰਦਰ ਮੇਂ ਸਿਲੰਡਰ ਵਗੈਰਾ ਥੇ, ਉਸ ਮੇਂ ਇੱਕ ਦੋ ਧਮਾਕੇ ਹੋਏ ਸਰ। ਆਸ ਪਾਸ ਇਹ ਇਲਾਕਾ ਰਿਹਾਇਸ਼ੀ ਇਲਾਕਾ ਹੈ ਜਾਂ ਕਮਰਸ਼ੀਅਲ ਇਲਾਕਾ? ਕਮਰਸ਼ੀਅਲ ਇਲਾਕਾ ਹੈ, ਇੰਡਸਟਰੀ ਏਰੀਆ ਹੈ, ਇੰਡਸਟਰੀ ਏਰੀਆ। ਬਿਲਕੁਲ, ਤਸਵੀਰਾਂ ਤੁਹਾਨੂੰ ਦਿਖਾ ਰਹੇ ਸੀ ਲਗਾਤਾਰ ਫਾਇਰ ਬ੍ਰਿਗੇਡ ਦੀ, ਜਿਹੜੀ ਗੱਡੀਆਂ ਮੈਂ ਇੱਥੇ ਲਗਾਤਾਰ ਪਹੁੰਚ ਰਹੀਆਂ ਮੈਂ, 4-5 ਗੱਡੀਆਂ ਇੱਥੇ ਫਾਇਰ ਬ੍ਰਿਗੇਡ ਦੀਆਂ ਪਹੁੰਚ ਚੁੱਕੀਆਂ ਮੈਂ, ਔਰ ਅੱਗ ਉੱਤੇ ਕਾਬੂ ਪਾਉਣ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਅੱਗ ਬਹੁਤ ਵੱਡੀ ਹੈਗੀ ਆ। ਔਰ ਇਸ ਅੱਗ ਉੱਤੇ ਕਾਬੂ ਪਾਉਣ ਵਾਸਤੇ ਜਿਹੜੀ ਹੈ ਇਸ ਪਲੋਟ ਦੇ ਆਸ ਪਾਸ ਜਿਹੜੀ ਆ ਫਾਇਰ ਬ੍ਰਿਗੇਡ ਦੀ ਗੱਡੀਆਂ ਨੂੰ ਲਗਾਇਆ ਜਾ ਰਿਹਾ ਵਾ, ਔਰ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਅੱਗ ਦਾ ਜਿਹੜਾ ਵੱਡਾ ਤਾਂਡਵ ਜਿਹੜਾ ਇੱਥੇ ਦੇਖਣ ਨੂੰ ਮਿਲ ਪਾ ਰਿਹਾ ਵਾ, ਕਿਹਾ ਜਾ ਰਿਹਾ ਵਾ ਕਿ ਲੱਖਾਂ ਦਾ ਨੁਕਸਾਨ ਹੋਇਆ ਵਾ, ਔਰ ਉਸ ਲੱਖਾਂ ਦੇ ਨੁਕਸਾਨ ਨੂੰ ਰੋਕਣ ਵਾਸਤੇ ਔਰ ਇਸ ਅੱਗ ਉੱਤੇ ਕਾਬੂ ਪਾਉਣ ਵਾਸਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਲਗਾਤਾਰ ਡਟੇ ਹੋਏ ਨੇ। ਦੇਖਣਾ ਇਹ ਹੋਵੇਗਾ ਕਿ ਅੱਗ ਦੇ ਉੱਤੇ ਕਦ ਤੱਕ ਕਾਬੂ ਪਾਇਆ ਜਾਂਦਾ ਵਾ। ਇਹ ਘੋੜਾ ਕਲੋਨੀ ਕਹਿੰਦੇ ਜੀ, ਘੋੜਾ ਕਲੋਨੀ ਸਾਹਿਬ, ਘੋੜਾ ਫੈਕਟਰੀ। ਸਰ ਕਿੰਨੇ ਵਜੇ ਅੱਗ ਲੱਗੀ? ਇਹ ਹੋ ਗਿਆ ਜੀ 1.5 ਘੰਟਾ ਹੋ ਗਿਆ। ਸਰ ਕਾਰਨ ਦਾ ਪਤਾ ਲੱਗਾ? ਕਿਉਂ ਅੱਗ? ਕਾਰਨ ਦਾ ਨਹੀਂ ਪਤਾ, ਕਾਰਨ ਦਾ ਪਤਾ ਤਾਂ ਜਿਹੜੇ ਇੱਥੇ ਡਿਊਟੀ ਤੇ ਹੈਗੇ ਉਹ ਹੀ ਦੱਸ ਸਕਦੇ ਕਿੱਦਾਂ ਲੱਗੀ। ਸਰ ਕਿਸ ਜਗ੍ਹਾ ਤੇ ਅੱਗ ਲੱਗੀ ਹੈ, ਕਿਸ ਚੀਜ਼ ਨੂੰ? ਇਹ ਕਮੇਟੀ ਦਾ ਦਫ਼ਤਰ ਹੈਗਾ ਜੀ, ਜਿਹੜਾ ਕੈਮਿਕਲੀਆਂ ਨੇ ਚੱਕ ਕੇ ਲਿਆਉਣਾ ਨਾ ਸਮਾਨ, ਇਹ ਸੁਣਨ 'ਚ ਆ ਰਿਹਾ। ਜਿਹੜੇ ਇੱਥੇ ਲੋਕ ਹੈਗੇ ਉਹੀ ਇਹੀ ਦੱਸ ਰਹੇ ਕਿ ਕਾਰਪੋਰੇਸ਼ਨ ਦਾ ਜਿਹੜਾ ਸਮਾਨ ਚੱਕ ਕੇ ਲਿਆਉਂਦਾ ਉਹ ਰੱਖ ਕੇ ਜਾਂਦੇ। ਬੈਨਰ ਬੁਨਰ ਜਦੋਂ ਤੇ ਅਸੀਂ ਆਏ ਉਸ ਤੋਂ ਬਾਅਦ ਇੱਧਰਲੇ ਪਾਸੇ ਤਾਂ ਹੈ ਨੀ ਕੋਈ ਧਮਾਕਾ, ਅਜੇ ਤਾਂ ਵਿੱਚ ਵੜ ਕੇ। ਕਿੰਨੀ ਵੱਡੀ ਅੱਗ ਹੈ, ਕਿੰਨੀ ਕੁ ਦੇਰ? ਅੱਗ ਤਾਂ ਪੂਰੇ ਪਲਾਟ 'ਚ ਹੈਗੀ ਲਗਭਗ। ਕਿੰਨੀਆਂ ਕੁ ਗੱਡੀਆਂ ਲੱਗ ਚੁੱਕੀਆਂ ਅੱਗ ਬੁਝਾਉਣ ਵਾਸਤੇ? 10-10 ਕੁ ਗੱਡੀਆਂ ਲੱਗੀਆਂ ਫਾਇਰ ਬ੍ਰਿਗੇਡ, ਬਾਰ ਬਾਰ ਭਰ ਭਰ ਕੇ ਆਈ ਜਾਂਦੀਆਂ, ਖਾਲੀ ਹੋ ਰਹੀਆਂ ਭਰ ਕੇ ਆ। ਤੇ ਕਿੰਨੀ ਕੁ ਦੇਰ ਤੱਕ ਅੱਗ ਉੱਤੇ ਕਾਬੂ ਪਾਇਆ ਜਾ ਸਕਦਾ? ਘੰਟਾ ਕੋਈ, 2 ਘੰਟੇ ਦੇ ਲੱਗਦਾ। ਨੁਕਸਾਨ ਤਾਂ ਕੀ ਹੈ ਜੀ, ਸਾਡਾ ਤਹਿਜਾਈ ਦਾ ਮੇਨ ਸਟੋਰ ਹੈਗਾ ਵਾ, ਇਹਦੇ ਵਿੱਚ ਸਾਨੂੰ ਜੋ ਇਨਫੋਰਮੇਸ਼ਨ ਆਈ ਆ, ਸਾਡਾ ਜਿਹੜਾ ਬੰਦਾ ਇੱਥੇ ਹੁੰਦਾ ਵਾ ਉਹਨੇ ਫੋਨ ਕੀਤਾ ਵਾ ਕਿ ਇੱਥੇ ਅੱਗ ਲੱਗੀ ਆ। ਉਹਨੇ ਜੋ ਦੱਸਿਆ ਵਾ ਸ਼ੋਰਟ ਸਰਕਟ ਵਗੈਰਾ ਦੇ ਕਾਰਨ ਹੋਈ ਆ, ਅਤੇ ਬਾਕੀ ਹਵਾ ਵਗੈਰਾ ਅੱਗੇ ਪਿੱਛੇ ਅੱਗ ਮੂਵ ਕਰ ਰਹੀ ਹੈ, ਅਤੇ ਸਾਡੇ ਫਾਇਰ ਬ੍ਰਿਗੇਡ ਦੇ ਸਟਾਫ ਸਾਰਾ ਇੱਥੇ ਹੈਗਾ ਵਾ, ਅਤੇ ਅਸੀਂ ਪੂਰੀ ਕੋਸ਼ਿਸ਼ ਹੈਗੀ ਆ ਉਹ 10-15 ਮਿੰਟ ਤੱਕ ਅਸੀਂ ਇਹਨੂੰ ਖਤਮ। ਨੁਕਸਾਨ ਇਹ ਹੈ ਜੀ, ਇੱਥੇ ਹੁਣ ਇਲੈਕਸ਼ਨ ਹੋਏ ਜੀ, ਇੱਥੇ ਬੋਟਸ ਵਗੈਰਾ ਦੇ ਜਿਹੜੇ ਫਲੈਕਸੀਜ਼ ਹੁੰਦੇ ਨੇ ਉਹ ਪਏ ਸੀਗੇ, ਜਿਹਨਾਂ ਨਾਲ ਅੱਗ ਕਾਫੀ ਕਰ ਗਈ ਆ, ਅਤੇ ਵੱਧ ਤੋਂ ਵੱਧ ਹੁਣ ਹੋ ਜਾਏਗਾ ਰੇਹੜੀਆਂ ਹੋ ਗਈਆਂ ਹੈਗੀਆਂ ਥੋੜ੍ਹੀਆਂ ਜਿਹੀਆਂ, ਉਹ ਡੈਮੇਜ ਹੋ ਗਈਆਂ ਵਾ ਖਰਾਬ। ਨਹੀਂ ਨਹੀਂ ਕਿਸੇ ਤਰ੍ਹਾਂ ਦਾ ਬਿਲਕੁਲ ਵਿੱਚ 1-2 ਸਿਲੰਡਰ ਜੋ ਕਿਹਾ ਗਿਆ ਵਾ, ਮੈਨੂੰ ਦੱਸਿਆ ਵਾ ਕਿ ਕਈ ਵਾਰ ਕੋਈ ਚੀਜ਼ ਹੁੰਦੀ ਆ ਅਸੀਂ ਫੋਨ ਕਰਦੇ ਹਾਂ ਉਹ ਪਏ ਸੀਗੇ, ਪਰ ਇਹ ਹੈ ਕਿ ਉਹ ਹੁਣ ਕੰਟਰੋਲ 'ਚ ਆ। ਯੈਸ ਸਰ, ਮੈਂ ਤੁਹਾਨੂੰ ਕਹਿ ਰਿਹਾ 15-20 ਮਿੰਟ ਦੇ ਵਿੱਚ ਤੁਸੀਂ ਆਪ ਦੇਖੋਗੇ ਹੋ ਜਾਏਗਾ ਖਤਮ।